सत श्री अकाल जी सारे किसान वीरां नूं। दोस्तों मैं उम्मीद करदा तुसीं सारे बहुत वधिया होवोंगे जी। तुहाडा स्वागत है साडे यूट्यूब चैनल ते किसान ऑर्गेनिक वर्मी कंपोस्ट दे नाम तों साडा चैनल है जी। दोस्तों अज असीं जा रहे हां जी हुशियारपुर, पंजाब दे विच पैंदा है जी इह हुशियारपुर मकेरियां दे नेड़े। ते उत्थे दोस्तों इक किसान वीर नवां यूनिट ला रहा है जी, ते 10 बैडां तों शुरू कर रहे हैं जी। उह साडे यूट्यूब तों वीडियो देख के उहनां नूं साडे चैनल ते आए सीगे, उह ते सानू फोन आया सी, असीं उन्होंने बहुत वधिया गाइड करिया। ते असीं अज जा रहे हां जी गंडोई लेके उन्हां कोले, तुहानू उन्हां दा यूनिट भी दिखाने हां ते नाले मिलवावांगे भी, पूरा सारा कुछ दिखावांगे तुहानू। आ जाओ जी। ते दोस्तों कोशिश करिया करो, अगर तुसीं साडे चैनल ते नवे हो तां साडा चैनल जरूर सबसक्राइब करो जी, ते हो सके तां कमेंट ते लाइक भी कर दिया करो। उहदे नाल साडा हौसला वधदा है जी अगे काम करन दा ना। ते सानू दोस्तों कोई ਇਹਦੇ ਬਿਜ਼ਨਸ 'ਚ ਕੋਈ ਲਾਲਚ ਨਹੀਂ ਹੈ, ਅਸੀਂ ਚਾਹੁੰਦੇ ਹਾਂ ਕਿ ਸਾਰਾ ਪੰਜਾਬ ਆਪਣਾ ਔਰਗੈਨਿਕ ਦੀ ਤਰਫ ਆਵੇ। ਤਾਂ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਨੂੰ ਹੋ ਸਕੇ ਤਾਂ ਸ਼ੇਅਰ ਵੀ ਕਰੋ, ਚੈਨਲ ਵੀ ਸਬਸਕ੍ਰਾਈਬ ਕਰੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਗੇ ਦੀ ਵੀਡੀਓ ਦੇਖੋ ਜੀ। ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਅੱਜ ਅਸੀਂ ਹੁਸ਼ਿਆਰਪੁਰ ਦੇ ਨੇੜੇ ਆਏ ਹਾਂ, ਪਿੰਡ ਧਨੋਆ ਮਕੇਰੀਆਂ ਦੇ ਨੇੜੇ। ਖਾਦ ਆਪਣਾ ਸੋਰੀ ਗੰਡੋਏ ਲੈ ਕੇ ਆਏ ਹਾਂ ਜੀ। ਸਰ ਨੇ ਵਰਮੀ ਕੰਪੋਸਟ ਦਾ ਯੂਨਿਟ ਲਾਇਆ ਜੀ, 7 ਬੈਡਾਂ ਤੋਂ ਸਟਾਰਟ ਕਰਿਆ ਜੀ। ਆਓ ਤੁਹਾਨੂੰ ਮਿਲਾਉਂਦੇ ਹਾਂ ਜੀ। ਯੂਨਿਟ ਲਾਇਆ ਜੀ ਇੱਦਾਂ ਦਾ, ਗੰਡੋਈ ਲੈ ਕੇ ਆਏ ਸੀਗੇ ਅਸੀਂ ਦੇਣ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਕਿੱਦਾਂ ਲੱਗੇ ਜੀ ਸਾਨੂੰ ਸਾਡੇ ਨਾਲ ਡੀਲ ਕਰਨ? ਬਹੁਤ ਵਧੀਆ ਲੱਗੀ ਹੈ ਜੀ, ਗੰਡੋਆ ਵੀ ਵਧੀਆ ਲਿਆ ਕੇ ਦਿੱਤਾ ਹੈ। ਅਤੇ ਕੁਆਂਟਿਟੀ ਜੀ ਗੰਡੋਆ ਦੀ ਜਿੱਦਾਂ ਤੁਸੀਂ ਚਾਹੁੰਦੇ ਸੀ ਮਿਲੀ ਹੈ ਜੀ? ਉੱਦਾਂ ਬਿਲਕੁਲ ਉੱਦਾਂ ਹੀ ਮਿਲੀ ਹੈ ਜੀ। ਬਾਕੀ ਆਪਣਾ ਨਾਮ ਹਰ ਪਿੰਡ ਦਾ? ਮੇਰਾ ਨਾਮ ਅਵਤਾਰ ਸਿੰਘ ਆ ਜੀ, ਸਨ ਆਫ ਲਾਲ ਸਿੰਘ, ਪਿੰਡ ਧਨੋਆ, ਡਾਕਖਾਨਾ ਧਨੋਆ, ਤਹਿਸੀਲ ਮਕੇਰੀਆਂ, ਡਿਸਟ੍ਰਿਕਟ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਾਂ। ਔਰ ਤੁਸੀਂ ਇਹ ਸਰ ਖੇਤਾਂ ਲਈ ਯੂਜ ਕਰਨੀ ਜਾਂ ਬਿਜ਼ਨਸ ਵੀ ਕਰੋਗੇ ਜੀ ਅੱਗੇ? ਨਹੀਂ ਜੀ, ਅਸੀਂ ਸੋਚਿਆ ਤਾਂ ਬਿਜ਼ਨਸ ਬਾਰੇ ਹੀ ਜੀ। ਠੀਕ ਹੈ ਜੀ। ਅਤੇ ਜਿੰਨੀ ਕਾਮਯਾਬੀ ਮਿਲੇਗੀ ਗਾਂਹ ਤੋਂ ਗਾਂਹ ਵਧਾਵਾਂਗੇ। ਹਾਂਜੀ ਹਾਂਜੀ ਹਾਂਜੀ, ਜ਼ਰੂਰ ਹੈ। ਬਾਕੀ ਜੀ ਔਰਗੈਨਿਕ ਵੱਲ ਜ਼ਿਆਦਾ ਵਧਣਾ ਚਾਹੀਦਾ ਜੀ, ਰੇਹਾਂ ਸਪਰੇਹਾਂ ਜੀ ਅੱਜ ਕੱਲ੍ਹ ਸਾਨੂੰ ਪਤਾ ਹੀ ਹੈ ਜੀ, ਜ਼ਹਿਰਵਾਦ ਬਹੁਤ ਹੈ ਜੀ। ਹਾਂਜੀ, ਜ਼ਮੀਨ ਨੂੰ ਕੈਂਸਰ ਹੋ ਰਿਹਾ? ਕੈਂਸਰ ਹੋ ਰਿਹਾ। ਹਾਂਜੀ ਹਾਂਜੀ, ਇਸ ਕਰਕੇ ਸਾਨੂੰ ਜਿਹੜੀਆਂ ਪੈਸਟੀਸਾਈਡ ਦਵਾਈਆਂ ਆ ਅਤੇ ਨਾਲ ਜਿਹੜੇ ਯੂਰੀਆ ਆ, ਇਹਦਾ ਬਹੁਤ ਨੁਕਸਾਨ ਹੋਇਆ ਫਸਲਾਂ ਸਾਡੇ ਲਾਗੇ। ਜਿੰਨਾ ਮਰਜ਼ੀ ਪਾਣੀ ਲਾਉਣ ਡੇ, ਜਿੰਨੀਆਂ ਮਰਜ਼ੀਆਂ ਦਵਾਈਆਂ ਪਾਉਣ ਡੇ, ਸੁੱਕੀ ਜਾਣ ਡੇ ਕਮਾਦ। ਹਾਂਜੀ, ਉੱਪਰੋਂ ਇਸ ਕਰਕੇ ਕਿਸਾਨ ਵੀਰਾਂ ਨੂੰ ਵੀ ਬੇਨਤੀ ਆ ਵੀ ਉਹ ਘੱਟ ਤੋਂ ਘੱਟ ਯੂਰੀਆ ਪਾਉਣ ਅਤੇ ਔਰਗੈਨਿਕ ਖੇਤੀ ਵੱਲ ਜ਼ਿਆਦਾ ਧਿਆਨ ਦੇਣ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।